ਹਾਂਜੀ ਦੋਸਤੋ, ਕੀ ਹਾਲ ਚਾਲ ਨੇ? ਹੋ ਕਰਦੇ ਸਾਰੇ ਠੀਕ ਠਾਕ, ਵਧੀਆ ਹੋਵੋਗੇ। ਅਤੇ ਆਪਣੀ ਗਾਣੇ ਬੱਚੇ ਦੇ ਤਾਂ ਅੱਜ ਬੱਚਾ ਦਿਖਾਈਏ ਤੁਹਾਨੂੰ, ਬੱਛੀ, ਅਤੇ ਹੋਰ ਨਾਲੇ ਦੁੱਧ ਦੱਧ ਪਿਆਵਾਂਗੇ ਹੁਣ ਦੁਪਹਿਰ, ਵੀ ਤਿੰਨ ਟਾਈਮ ਪਿਆਉਣਾ ਪੈਂਦਾ। ਅਤੇ ਦਿਖਾਉਂਦੇ ਤੁਹਾਨੂੰ, ਇੱਧਰ ਹੋਆ, ਮੈਂ ਪਿਛਲਾ ਕੈਮਰਾ ਕਰਦਾ। ਆਹ ਬੱਛੀ ਆ, ਮਸਤ ਆ ਇਹਦੀ ਮਾਂ, ਫੜ ਜਾ। ਤੈਨੂੰ ਪਤਾ ਹੀ ਨਹੀਂ ਵਿਚਾਰੀ ਨੂੰ ਕਿੱਥੇ ਹੈ, ਇਹਨੂੰ ਥੱਲੇ ਰੱਖ ਹੀ ਨਹੀਂ ਪੈਂਦੇ। ਜੇ ਭੁੱਖ ਲੱਗਦੀ ਹੈ ਰਿੰਗੀ ਜਾਂਦੀ ਹੈ, ਹਟਦੀ ਨਹੀਂ ਹੈਗੀ, ਤਾਂ ਥੱਲੇ 'ਚ ਪੈਂਦੇ ਇਹਨੂੰ, ਵੀ ਖਰਾਬ ਕਰ ਦੂਗੀ। ਆ ਦੇਖੋ, ਬਾਕੀ ਥੋੜ੍ਹਾ ਥੋੜ੍ਹਾ ਜਿਹਾ ਪਿਆ ਦਿੰਦੇ, ਫਿਰ ਸ਼ਾਮ ਨੂੰ ਪਿਆਵਾਂਗੀ। ਵਿਚਾਰੀ ਖੜੀ ਜਾਂਦੀ ਹੈ ਤਾਂ। ਹੁਣ ਸੂਈ ਆ ਹਜੇ ਪਰਸੋਂ, ਬਸ ਥੋੜ੍ਹੇ ਦਿਨ ਹੋਏ ਨੇ, ਚੱਲੀ ਜਾਂਦਾ ਕੰਮ, ਪਿਆ ਲਾਂ ਫਿਰ ਦਿਖਾਉਂਦਾ ਤੁਹਾਨੂੰ। ਸਾਰੀ ਰਿੰਗਣ ਲੱਗ ਗਏ ਵੀ, ਪਤਾ ਨਹੀਂ ਕੀ ਹੋਊਗਾ ਕੀ ਨਾ। ਹੈਪੀ, ਹੁਣ ਮੱਖੀ ਟਾਈਮ ਆ, ਮੱਖੀ ਆਈ ਜਾਂਦੀਆਂ, ਦੇਖ ਲੈਣੇ ਖਾਈ ਨਹੀਂ ਹੈਗੀ। ਡਰਦੀ ਆ ਤੂੰ, ਡਰਾ ਰਹੀ ਉਹਨੂੰ। ਜੂਮ ਹੋ ਗਿਆ ਦੀ ਪਤਾ ਨਹੀਂ ਲੱਗਿਆ। ਜਾ ਕੇ ਉਹਦਾ ਆਪਦੀ ਪਿੰਜਰੇ ਚ ਬੈਠ ਜਾਂਦੀ ਅਗਲੀ। ਉਰਿਆ ਆ ਜਾ, ਉਰੀ ਕਰ ਦਿੰਦੇ ਆ ਬੰਦੇ ਨੂੰ, ਧੱਕਾ ਜਿਹਾ ਲਾਉਣਾ ਪੈਂਦਾ ਜਿਵੇਂ ਆਹ ਇਹਨਾਂ ਦਾ ਖੁੱਲੇ ਨਾਲ ਹੋ ਗਿਆ ਸਰ ਜਗ੍ਹਾ। ਚਿੜੀਆਂ ਨੇ ਮੁੜ ਕੇ ਆਂਡੇ ਉਂਡੇ ਨੇ ਰੱਖੇ ਨੇ, ਕੁਛ ਨਹੀਂ ਕਰਿਆ ਇਹਨਾਂ ਨੇ, ਪਾਣੀ ਪਿਆ ਇਹਨਾਂ ਦਾ। ਉਹ ਬਾਜੀ ਦਾ ਇੱਕ ਜੋੜਾ ਹੈਗਾ, ਉਹ ਹੁਣ ਮੈਨੂੰ ਲੱਗਦਾ ਹੈਗਾ ਪਤਾ ਨਾ ਲੱਗਿਆ ਹੈ, ਬਾਕੀ ਪਤਾ ਨਹੀਂ ਹੁਣ ਬੱਚੇ ਬੁੱਚੇ ਦੇਣਗੇ ਕਿ ਨਾ ਦੇਣਗੇ। ਗੰਦ ਦੇਖੋ ਕਿੰਨਾ ਪਿਆ ਪਿਆ, ਉਹਦੇ ਵਾਸਤੇ ਉਹ ਗੇਰਾ ਸੀ ਕਹਿ ਰਹੇ ਵੀ ਬੱਚਿਆਂ ਬੁੱਚਿਆਂ ਨੂੰ ਆਂਡੇ ਧਰਨੇ ਕਬੂਤਰ। ਹੁਣ ਦੇਖ ਲਏ ਡਾਕਟਰ ਸਾਹਿਬ ਨੇ ਵੀ ਕੀ ਕਹਿੰਦੇ ਨੇ, ਵੀ ਆਂਡਾ ਆਂਡਾ ਦਿੱਤਾ ਕਹਿੰਦਾ। ਇਹ ਆਂਡਾ ਯਾਰ ਪਤਾ ਕੀ ਕਰਦੀ ਨੇ, ਦੇ ਦਿੰਦੇ ਨੇ ਇਹ, ਫਿਰ ਦੇਣ ਹਟ ਦਿੰਦੇ 10 ਦਿਨ, 10 ਦਿਨਾਂ ਬਾਅਦ ਫਿਰ ਇੱਕ ਦੇ ਦਿੰਦੇ। ਚਲੋ ਕਬੂਤਰ ਕੱਢਦੇ ਹੁਣ, ਆ ਦੇਖ ਲਓ ਫੁੱਲ ਬੂਟੇ ਆਪਣੇ, ਪੁਦੀਨਾ, ਦੁਪਹਿਰ ਖੇੜੀ, ਇਹੀ ਪੁਦੀਨਾ ਪੁਦੀਨਾ ਵਿੱਚ ਹੈ ਨਾ। ਆਹ ਵੀ ਪੌਦਾ ਹੈਗਾ ਇਹ ਕੱਖ ਜੀ ਵਾਂਗੂ, ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ, ਇਹਦੇ ਫੁੱਲ ਲੱਗਦੇ ਹੈਗੇ ਉੱਤੇ। ਆਹ ਵੀ ਆਹੀ ਚੀਜ਼ ਆ, ਜਦੋਂ ਲੱਗੇ ਤੁਹਾਨੂੰ ਦਿਖਾਵਾਂਗੇ। ਆਹ ਬੋਤਲ ਵਾਲਾ ਪਾਣੀ ਮੈਂ ਰਾਤ ਪਾਇਆ 'ਚ, ਪਹਿਲਾਂ ਸੁੱਕੇ ਪੈ ਜਾਵਾਂ, ਖੁੱਲ੍ਹੀ ਰਹਿਣਾ ਹੈ ਨਾ। ਦੇਖੀਏ, ਆਹ ਦੇਖੋ ਖਾਨੇ ਖੁਨੇ ਨਵੇਂ ਬਣਾਏ ਤੇ ਹੈ ਨਾ, ਉੱਧਰ ਤੱਕ। ਹੁਣ ਦੇਖਦੇ ਹਾਂ ਵੀ ਬੁੜਨਾ ਉੜਨਾ ਨੇ ਕੱਢਦੇ ਨੇ ਬਾਹਰ, ਫਿਰ ਲੈਣਗੇ, ਧੁੱਪ ਧੱਪ ਲੱਗ ਜੂਗੀ ਵਿਚਾਰਿਆਂ ਨੂੰ। ਆਹ ਜੋੜਾ ਵੀ ਮਗਰ ਲੱਗ ਰਿਹਾ ਆਂਡਿਆਂ ਨੂੰ, ਦਿਖਾਉਂਦਾ ਤੁਹਾਨੂੰ ਬਾਹਰ ਕੱਢ ਕੇ। ਮੈਂ ਉੱਡ ਗਈ ਕਬੂਤਰੀ, ਕਬੂਤਰ ਆ ਗਿਆ ਮਗਰ, ਜਵਾਕ ਜੇ ਜ਼ਿਆਦਾ ਲੱਗ ਗਿਆ ਜਾਣ, ਮੈਂ ਕਿਹਾ ਹੜ ਜਵਾਕ ਫਸਦੇ ਆਪਣੇ। ਆਹ ਪੇਟੀ ਆਪਾਂ ਨੇ ਵੀ ਉੱਤੇ ਚੜਾ ਲਈ, ਇੱਥੇ ਵੀ ਖਾਸਾ ਗੰਦ ਜਿਹਾ ਪਿਆ ਪਿਆ, ਮੈਂ ਚੜਿਆ ਇੰਨੇ ਦਿਨ ਹੋ ਗਏ ਕੋਠੇ 'ਤੇ, ਸਫਾਈ ਜੀ ਨਹੀਂ ਹੋਈ ਹੈ ਨਾ, ਮੈਂ ਕਰਦਾ ਮੈਂ ਆ ਕੇ ਨਹੀਂ। ਆਹ ਅਤੇ ਦੂਜੀ ਗੱਲ ਇਹ 'ਚ ਵੀ ਨਹੀਂ ਹੈ ਨਾ, ਹੁਣ ਬੱਚੇ ਬੁੱਚੇ ਲੈ ਲਈਏ ਵੀ, ਪਹਿਲਾਂ ਇੰਨਾ ਟਾਈਮ ਹੋ ਗਿਆ ਆਂਡੇ ਨਹੀਂ ਧਰੇ ਕਿਸੇ ਨੇ। ਬਾਕੀ ਇਹਨਾਂ ਨੂੰ ਉਤਾਰਦਾ ਮੈਂ ਥੱਲੇ ਥੱਲੇ, ਦਿਖਾਉਂਦਾ ਤੁਹਾਨੂੰ, ਦੱਸਦਾ ਤੁਹਾਨੂੰ ਗੱਲਬਾਤ। ਜਮਾਂ ਨੀਵੇਂ ਨੀਵੇਂ ਜਾਂਦੇ ਨੇ, ਮੁੜ ਜਾਂਦੇ ਨੇ ਪਰ ਨੇੜੀ ਉਹ। ਮੇਰੀ ਛੋਟੀ ਜਿਹੀ ਬੱਚੀ ਵੀ ਆਪਣੇ ਫੀਮੇਲ ਆ, ਉਹ ਉਹਨੇ ਗਾਹ ਪਾਇਆ ਹੈਗਾ ਥੱਲੇ। ਚੂਚੇ ਵੀ ਲੈ ਕੇ ਆਉਣੇ ਆਪਾਂ, ਅੱਜ ਲੈਂਦੇ ਹਾਂ ਅੱਗੇ ਜਾ ਕੇ।
ਆ ਜਾਓ ਭਾਈ, ਅੱਜ ਨਾ ਜੀ ਕਰ ਰਿਹਾ ਉੱਡਣ ਨੂੰ, ਅੱਜ ਉੱਤਰ ਨਹੀਂ ਰਹੇ। ਆਹ 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 ਆ ਗਿਆ ਆ ਗਿਆ ਆ ਗਿਆ ਡੰਡੇ ਕਾਮਯਾਬ ਹੋ ਗਿਆ, ਹੁਣ ਲੱਗ ਗਏ ਬੈਠਣ ਸਾਰੇ ਥੋੜੇ ਘਣੇ। ਉਦੋਂ ਜਿਹੜਾ ਦੂਜੇ ਮੁੰਡੇ ਨੇ ਨਾ ਡੰਡਾ ਲਾਇਆ, ਮੈਂ ਤਾਂ ਲਾ ਤਾ ਮੈਂ ਕਈ ਵਾਰ ਕਬੂਤਰ ਕਬੂਤਰ ਬਹਿ ਜਾਂਦਾ ਆ ਕੇ ਉਹਨਾਂ ਦਾ, ਉਹ ਆਈ ਨਹੀਂ ਕਿਸੇ ਦਾ ਹੁਣ ਆਹ ਗੱਲ ਬਣੀ ਹੋਈ ਆ, ਹੈ ਨਾ। ਹੁਣ ਆ ਕੇ ਇਹਨਾਂ ਨੂੰ ਮੈਂ ਥੱਲੇ ਉਤਾਰ ਕੇ ਦਿਖਾਉਣਾ। ਆ ਗਿਆ ਆਹ 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 ਉੱਥੇ ਬਹਿ ਗਈ ਤੀ ਕਹਿ ਥੋੜੇ ਘਣੇ ਰਹਿ ਗਏ ਉਹਨੂੰ ਉੱਤੇ ਆ ਜਾਣਗੇ ਵੀ ਦਾਣਾ ਪਾਤਾ ਹੁਣ ਮੈਂ ਦਾਣਾ ਬਣਦੇ ਹੋਣੇ। ਬਾਬਾ ਜੀ ਬਣ ਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਯਾਰ, ਹੈ ਨਾ, ਵੀਡੀਓ ਚਲਾ ਦਿਓ ਆਪਣੀ ਜ਼ਰੂਰ ਕਿਰਪਾ ਬੇਨਤੀ ਹੋਆ। ਐਵੇਂ ਗੱਲ ਐਵੇਂ ਬਾਤ ਆ, ਹੁਣ ਦੁਕਾਨਾਂ ਮੈਂ ਤੁਹਾਨੂੰ ਥੱਲੇ ਜਾ ਕੇ ਡੌਗਸ ਸੈਫੀ ਆ ਜਾ ਚੱਲ ਆ ਜਾ ਇੱਕ ਆਹ ਬੜੀ ਬੈਠੀ ਗੱਡੀ ਥੱਲੇ ਠੰਡ ਲੱਗ ਰਹੀ ਹੈ ਮੈਡਮ ਨੂੰ ਧੁੱਪ 'ਚ, ਚੱਲ ਚੱਲ ਬਾਹਰ ਜਿੰਮੀ। ਐਵੇਂ ਬਾਹਰ ਖਣਾ ਜਾਂਦੇ ਨੇ, ਅੰਦਰ ਕਰਨਾ ਪੈਂਦਾ। ਇਹੋ ਜਿਹੇ ਬੰਦ ਨਹੀਂ ਆ।